ਤੁਸੀਂ ਦੇਖ ਰਹੇ ਹੋ ਸਾਂਝ ਟੀਵੀ ਨਿਊਜ਼ ਪੋਰਟਲ। ਲੁਧਿਆਣਾ ਵਿਖੇ ਬੇੜੇ ਦੇ ਕਮਰੇ 'ਚ ਰਸੋਈ ਗੈਸ ਸਿਲੰਡਰ ਬਲਾਸਟ ਹੋਣ ਨਾਲ ਹੜਕੰਪ ਮਚ ਗਿਆ, ਜਿਸ ਨਾਲ ਕਮਰੇ 'ਚ ਅੱਗ ਲੱਗ ਗਈ। ਅੱਗ ਲੱਗਦੇ ਹੀ ਕਮਰੇ 'ਚ ਰਹਿਣ ਵਾਲੀ ਮਾਂ ਬੇਟੀ ਵੱਲੋਂ ਭੱਜ ਕੇ ਆਪਣੀ ਜਾਨ ਬਚਾਈ ਗਈ। ਅੱਗ ਲੱਗਣ ਨਾਲ ਸ਼ੁਰੂ ਹੋਏ ਸ਼ੋਰ ਸ਼ਰਾਬੇ ਨਾਲ ਭਾਰੀ ਸੰਖਿਆ 'ਚ ਲੋਕਾਂ ਦੀ ਭੀੜ ਇਕੱਠੀ ਹੋ ਗਈ। ਸੂਚਨਾ ਮਿਲਣ 'ਤੇ ਪਹੁੰਚੀ ਫਾਇਰ ਬ੍ਰਿਗੇਡ ਦੀ ਟੀਮ ਨੇ 1 ਘੰਟੇ ਦੀ ਕੜੀ ਮੁਸ਼ਕਤ ਦੇ ਨਾਲ ਅੱਗ 'ਤੇ ਕਾਬੂ ਪਾਇਆ। ਅੱਗ ਲੱਗੀ ਦੇਖ ਬੇੜੇ ਦਾ ਮਾਲਕ ਸਦਮੇ 'ਚ ਚਲ ਗਿਆ ਅਤੇ ਬੇਹੋਸ਼ ਹੋ ਕੇ ਡਿੱਗ ਗਿਆ, ਜਿਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਜਿੱਥੇ ਉਸਦੀ ਮੌਤ ਹੋ ਗਈ। ਜਿਸ ਦੇ ਬਾਅਦ ਫਾਇਰ ਬ੍ਰਿਗੇਡ ਦੀ ਟੀਮ ਨੇ ਕਮਰਿਆਂ 'ਚੋਂ ਕਰੀਬ 15 ਸਿਲੰਡਰ ਬਾਹਰ ਕੱਢੇ, ਜਿਸ ਦੇ ਚੱਲਦੇ ਵੱਡਾ ਹਾਦਸਾ ਹੋਣ ਤੋਂ ਟਲ ਗਿਆ। ਨਾਨਕ ਨਗਰ ਸਬਜ਼ੀ ਮੰਡੀ ਦੇ ਕੋਲ 691 ਨੰਬਰ ਮਕਾਨ ਦੇ ਵਿੱਚ ਅੱਗ ਲੱਗੀ ਸੀ। ਗਲੀ ਨੰਬਰ 10 ਦੇ ਵਿੱਚ ਅਸੀਂ ਗੱਡੀਆਂ ਲੈ ਕੇ ਆਏ ਅਤੇ ਅੱਗ 'ਤੇ ਕਾਬੂ ਪਾਇਆ ਅਤੇ 1 ਸਿਲੰਡਰ ਫਟਿਆ, ਜਿਹਦੇ ਨਾਲ ਕੋਈ ਜ਼ਖਮੀ ਨਹੀਂ ਹੋਇਆ, ਨਾ ਹੀ ਕੋਈ ਹਾਦਸਾ ਹੋਇਆ। ਸਿਲੰਡਰ ਇਹ ਕਿਰਾਏ 'ਤੇ ਨੇ, ਆਹ ਸਿਲੰਡਰ ਨਿਕਲਿਆ ਜੀ ਅੰਦਰੋਂ। ਇਹ ਹੁਣ ਤੁਸੀਂ ਦੇਖ ਸਕਦੇ ਹੋ ਕਿ ਅਗਰ ਇਹ ਫਟਣੇ ਸ਼ੁਰੂ ਹੁੰਦੇ ਤਾਂ ਜਿਹੜਾ ਮਕਾਨ ਮਾਲਕ ਹੈ ਉਹਦੇ 'ਤੇ ਮਕਾਨ ਅਸੀਂ ਇਹ ਪੁਲਿਸ ਦੇ ਹਵਾਲੇ ਕਰਦੇ ਨੇ, ਬਾਕੀ ਕਾਰਵਾਈ ਪੁਲਿਸ ਨੇ ਕਰਨੀ। ਇਹ ਮਕਾਨ ਸੀ ਰਮੇਸ਼ ਗੋਰੇ ਦਾ, ਠੀਕ ਹੈ ਜੀ। ਇਹਦੇ ਵਿੱਚ 8 ਕਮਰੇ ਸੀ, ਇਹਦੇ ਕਿਰਾਏ ਦਾ ਰਹਿੰਦੇ ਸੀ ਅਤੇ ਇਹਦੇ ਵਿੱਚ ਮਤਲਬ ਸਿਲੰਡਰ ਫਟ ਗਿਆ। ਲੇਡੀ ਜਿਹੜੀ ਥੱਲੇ ਕਿਰਾਏਦਾਰ ਸੀ ਉਹ ਚੇਂਜ ਕਰਨੀ, ਸਿਲੰਡਰ ਚੇਂਜ ਕਰਨ ਲੱਗੇ ਇਹ ਜਿਹੜਾ ਕੰਮ ਹੋਇਆ। ਪਰ ਇਹ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਕੋਈ ਮਤਲਬ ਕਿਸੇ ਦੇ ਸੱਟ ਪੇਟ ਨਹੀਂ ਲੱਗੀ, ਸਾਰਾ ਕੁਛ ਠੀਕ। ਪੁਲਿਸ ਕਾਰਵਾਈ ਵੀ ਕੀਤੀ? ਹਾਂਜੀ, ਪੁਲਿਸ ਪਰਚਾ ਵੀ ਦਰਜ ਕੀਤਾ ਕਿ ਪੁਲਿਸ ਕਾਰਵਾਈ ਉਹ ਕਰਾਂਗੇ, ਕਾਰਵਾਈ ਨੂੰ ਤਾਂ ਕਰਦੇ ਹਾਂ। ਲੁਧਿਆਣਾ ਤੋਂ ਸੁਰਿੰਦਰ ਸੋਨੀ ਦੀ ਰਿਪੋਰਟ। ਤੁਸੀਂ ਦੇਖ ਰਹੇ ਹੋ ਸਾਂਝ ਟੀਵੀ ਨਿਊਜ਼ ਪੋਰਟਲ।